ਮੈਂ ਜਾਮਿਆ ਫੂਦਕਿਆ ਬਾਬਾ ਉਸਮਾਨ ਦਾ ਔਰ ਉਹਨਾਂ ਦੇ ਬਾਨੀਏ ਕਾਰੀ ਅਬਦੁਲ ਜਵਾਹਰ ਸਾਹਿਬ ਔਰ ਆਫਿਸ ਮੀਆਂ ਕਾਸਿਮ ਸਾਹਿਬ ਇਹਨਾਂ ਦਾ ਤਹਿ ਦਿਲ ਮੈਂ ਮਸ਼ਹੂਰ ਹਾਂ ਕਿ ਇਹਨਾਂ ਦੀ ਮਿਹਰਬਾਨੀ ਦੇ ਨਾਲ ਇਸ ਵਾਹ ਬਰਕਤ ਮਹੀਨੇ ਦੇ ਵਿੱਚ ਅਸੀਂ ਬਹੁਤ ਸਾਰੇ ਅੱਲਾਹ ਤਾਲਾ ਕੇ ਸਾਨੂੰ ਚੁੱਕਣ ਦੀ ਤਫੀਕ ਨਸੀਬ ਹੋਈ। ਅਲਹਮਦੁਲਿਲਾ ਬਾਅਦ ਜਮਾਤ ਨਮਾਜ਼ ਤਰਾਵੀ ਅਤੇ ਇਹ ਹੀ ਆ ਕਿ ਜਿਸ ਤਰ੍ਹਾਂ ਦੀ ਮਜਲਿਸ ਹੋਵੇ ਉਸੇ ਤਰ੍ਹਾਂ ਦਾ ਸੀ ਹੁੰਦਾ। ਕਾਰੀ ਸਾਹਿਬ ਨਾਲ ਆਇਆ ਸੀ ਅਤੇ ਕੁਛ ਅਸੀਂ ਖੁਆਇਸ਼ ਕੀਤੀ ਇਹਨਾਂ ਨੇ ਬਿਲਕੁਲ ਫਿਰ ਸਾਨੂੰ ਨਾਲ ਮਤਲਬ ਬਹੁਤ ਕੀਤਾ ਕਿ ਤੁਸੀਂ ਜ਼ਰੂਰ ਪੜ੍ਹਾਓ। ਅਲਹਮਦੁਲਿਲਾ ਅਲਹਮਦੁਲਿਲਾ ਸਾਨੂੰ ਬੜੀ ਖੁਸ਼ੀ ਹੋਈ ਇਸ ਗੱਲ ਦੀ ਕਿ ਅੱਜ ਸਾਡੇ ਵੇਲੇ ਦੇ ਕਿਉਂਕਿ ਪਸ਼ਪਾ ਦੇ ਸਾਰੇ ਲੈਂਦੇ ਨੇ ਇਸ ਦਾ ਮਹੀਨਾ ਪੂਰਾ ਕੁਰਾਨ ਪਾਕ ਪੜ੍ਹਿਆ ਗਿਆ। ਅੱਲਾਹ ਤਾਲਾ ਸਾਨੂੰ ਔਰ ਕਾਰੀ ਸਾਹਿਬ ਨੂੰ ਇਹਦਾ ਜਿਹੜੇ ਅਜ਼ੀਮ ਅਤਾ ਫਰਮਾਵੇ। ਅੱਲਾਹ ਤਾਲਾ ਸਾਨੂੰ ਇਸ ਜੋ ਇਹਨੇ ਅਮਲ ਸ਼ੁਰੂ ਹੋਇਆ ਇਹਨੂੰ ਆਪਣੀ ਜ਼ਿੰਦਗੀ ਤੱਕ ਔਰ ਸਾਡੇ ਬੱਚੇ ਵੀ ਇਹਨੂੰ ਕਾਇਮ ਦਾਇਮ ਰੱਖਣ। ਇਨਸ਼ਾ ਅੱਲਾਹ ਇੱਥੇ ਨਮਾਜ਼ ਤਰਾਵੀ ਕੁਰਾਨ ਪਾਕ ਹਮੇਸ਼ਾ ਸੁਣਿਆ ਜਾਏਗਾ ਔਰ ਨਮਾਜ਼ ਤਰਾਵੀ ਅਦਾ ਕੀਤੀ ਜਾਏਗੀ। ਮੈਂ ਫਿਰ ਬਹੁਤ ਮਸ਼ਹੂਰ ਹਾਂ ਸਾਨੂੰ ਬਹੁਤ ਬਹੁਤ ਮੁਬਾਰਕ ਪੇਸ਼ ਕਰਨਾ। ਬਹੁਤ ਖੂਬਸੂਰਤ ਕੁਰਾਨ ਪਾਕ ਉਹਨਾਂ ਨੇ ਸੁਣਾਇਆ ਸਾਨੂੰ ਵਾਪਸ ਅਬਦੁੱਲਾ ਸਾਹਿਬ ਇੱਕ ਦਿਨ ਆਏ ਉਹਨਾਂ ਦੀ ਬੜੀ ਕਿਰਤ ਸੁਣੀ ਸਾਰੇ ਅਤੇ ਬੜਾ ਹੀ ਸਾਡਾ ਇਹ ਬਾਬਰਕਤ ਮਹੀਨਾ ਅਲਹਮਦੁਲਿਲਾ ਅਲਹਮਦੁਲਿਲਾ ਪਹਿਲੇ ਨਾਲੋਂ ਅਸੀਂ ਸਮਝਿਆ ਕਿ ਇਹ ਮਹੀਨਾ ਸਾਡਾ ਬਿਹਤਰ ਗੁਜ਼ਰਿਆ। ਅੱਲਾਹ ਤਾਲਾ ਸਾਨੂੰ ਇਸ ਬਾਬਰਕਤ ਮਹੀਨੇ ਦੇ ਸਦਕੇ ਸਾਡੇ ਸਾਰਿਆਂ ਦੇ ਗੁਨਾਹ ਮਾਫ਼ ਫਰਮਾਏ। ਅੱਲਾਹ ਤਾਲਾ ਇਸ ਪਾਕ ਕੁਰਾਨ ਦੇ ਸਦਕੇ ਇਸ ਦੀ ਅਜ਼ਮਤ ਦੇ ਸਦਕੇ ਜੋ ਜੋ ਸਾਡੇ ਜਿਤਨੇ ਸਿਆਦਰੇ ਨੇ ਮਜਲਿਸ ਆ ਜੋ ਜੋ ਸਾਡੇ ਗੁਗਲ ਤੀਕਤਾ ਹੀ ਜ਼ਿੰਦਗੀ 'ਚ ਹੋਈ ਹੈ ਅੱਲਾਹ ਤਾਲਾ ਸਾਨੂੰ ਮਾਫ਼ ਅਦਾ ਫਰਮਾਵੇ। ਅੱਲਾਹ ਤਾਲਾ ਸਾਨੂੰ ਆਇੰਦਾ ਦੀਨ 'ਤੇ ਰਹਿਣ ਦੀ ਤੋਫੀਕ ਅਦਾ ਫਰਮਾਵੇ ਸਿੱਧੇ ਰਸਤੇ 'ਤੇ ਰਹਿਣ ਦੀ ਤੋਫੀਕ ਅਦਾ ਫਰਮਾਵੇ। ਅੱਲਾਹ ਤਾਲਾ ਕਾਲੀ ਅਬਦੁਲ ਜਵਾਹਰ ਸਾਹਿਬ ਸਾਡੇ ਇਲਾਕੇ ਵਾਸਤੇ ਅੱਲਾਹ ਤਾਲਾ ਦੀ ਤਰਫ ਇੱਕ ਨਿਮਤ ਨੇ। ਅੱਲਾਹ ਤਾਲਾ ਇਹਨਾਂ ਨੂੰ ਸਿਹਤਦਾਰੀ ਔਰ ਲੰਬੀ ਜ਼ਿੰਦਗੀ ਦਾ ਫਰਮਾਵੇ। ਅੱਲਾਹ ਇਹਨਾਂ ਦੇ ਬੱਚਿਆਂ ਨੂੰ ਹੋਰ ਕਾਮਯਾਬੀਆਂ ਇਸੇ ਤਰ੍ਹਾਂ ਦੀਨ ਦੀ ਤਬਲੀਗ ਕਰਨ ਦੀ ਤੋਫੀਕ ਅਦਾ ਫਰਮਾਵੇ। ਅੱਲਾਹ ਹਮੇਸ਼ਾ ਖੁਸ਼ ਰੱਖੇ। ਥੈਂਕ ਯੂ ਵੈਰੀ ਮੱਚ ਜੀ। ਅਸਲਾਮ ਵਾਲੇਕੁਮ।